ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study for Job ਦੇ ਵਿੱਚ। ਤੁਸੀਂ ਰਹੇ ਹੋ MSW Study for Job। ਗੱਲ ਕਰਦੇ ਹਾਂ ਅੱਜ ਦੇ ਲੈਕਚਰ ਦੀ, ਲੈਕਚਰ ਹੈਗਾ 5th, ਔਰ ਇਸ ਤੋਂ ਪਹਿਲਾਂ ਜਿੰਨੇ ਵੀ ਲੈਕਚਰ ਬਣ ਚੁੱਕੇ ਆ ਔਰ ਕੰਪਿਊਟਰ GK ਕੰਪਿਊਟਰ ਐਬਰੀਵੇਸ਼ਨ ਜਿਹੜੀਆਂ ਤੁਹਾਨੂੰ ਕਰਾਈਆਂ ਜਾ ਰਹੀਆਂ ਨੇ, ਔਰ ਗੌਰਮੈਂਟ ਐਗਜ਼ਾਮ ਚਾਹੇ ਕੋਈ ਵੀ ਆ, ਔਰ ਪੰਜਾਬ ਗੌਰਮੈਂਟ ਹੈਗਾ ਔਰ ਇੰਡੀਆ ਲੈਵਲ ਦਾ ਯਾਰ ਗੌਰਮੈਂਟ ਐਗਜ਼ਾਮ ਹੈਗਾ, ਔਰ ਕਲਰਕ ਦਾ ਐਗਜ਼ਾਮ ਹੈਗਾ, PSPCL ਜਿਹੜੀ ਬਿਜਲੀ ਵਿਭਾਗ ਦਾ ਹੈਗਾ, ਔਰ JEE ਦਾ ਐਗਜ਼ਾਮ ਹੈਗਾ, ਔਰ ਆਦਰ ਫੀਲਡ ਦੇ ਵਿੱਚ ਜਿੱਥੇ ਕੰਪਿਊਟਰ ਤੁਹਾਡਾ ਪੁੱਛਿਆ ਜਾਂਦਾ 20 ਨੰਬਰ ਦਾ ਹੋਏਗਾ ਚਾਹੇ 10 ਨੰਬਰ ਦਾ ਹੋਏਗਾ, ਉਸ ਲਈ ਯੂਜ਼ਫੁੱਲ ਹੋਏਗਾ, ਔਰ ਇੱਕ ਵੀ ਐਬਰੀਵੇਸ਼ਨ ਜਿਹੜੀ ਤੁਹਾਡੀ ਮਿਸ ਨਹੀਂ ਜਾਣ ਦਿੱਤੀ ਜਾਏਗੀ, ਔਰ ਜਿੰਨਾ ਸਿਲੇਬਸ ਜਿਹੜਾ ਤੁਹਾਡੇ 20 ਅੰਕ ਹੈਗੇ ਜਾਂ ਚਾਹੇ 10 ਅੰਕ ਹੈਗੇ ਆ, ਤੁਹਾਡੇ ਕੰਪਲੀਟ ਕੀਤੇ ਜਾਣਗੇ। ਠੀਕ ਹੈ ਜੀ, ਲੈਕਚਰ 5th ਹੈਗਾ, ਲਗਭਗ ਪਹਿਲਾਂ ਵਾਲੇ ਲੈਕਚਰ ਦੇਖਣ ਲਈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਸਕਦੇ ਹੋ, ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਔਰ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਜਦੋਂ ਕਿ ਅਸੀਂ ਨਵਾਂ ਵੀਡੀਓ ਲੈ ਕੇ ਆਈਏ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇਗਾ। ਸਟਾਰਟ ਕਰਦੇ ਹਾਂ ਅੱਜ ਦੀ ਐਬਰੀਵੇਸ਼ਨ। DAC ਡਿਜੀਟਲ ਟੂ ਐਨਾਲੋਗ ਕਨਵਰਟਰ। ਨੈਕਸਟ DV ਡਾਟਾਬੇਸ। DBA ਡਾਟਾਬੇਸ ਐਡਮਿਨਿਸਟ੍ਰੇਟਰ। DBMS ਡਾਟਾਬੇਸ ਮੈਨੇਜਮੈਂਟ ਸਿਸਟਮ। DCOM ਡਿਸਟ੍ਰੀਬਿਊਟਿਡ ਕੰਪੋਨੈਂਟ ਓਬਜੈਕਟ ਮਾਡਲ। ਇਹਦਾ ਹੋਏਗਾ, ਦੁਬਾਰਾ ਰਿਪੀਟ ਕਰ ਦਿੰਦੇ ਹਾਂ, ਔਰ DCOM ਡਿਸਟ੍ਰੀਬਿਊਟਿਡ ਕੰਪੋਨੈਂਟ ਓਬਜੈਕਟ ਮਾਡਲ। ਨੈਕਸਟ ਹੋਏਗਾ DDE ਡਾਇਨੇਮਿਕ ਡਾਟਾ ਐਕਸਚੇਂਜ। ਨੈਕਸਟ ਹੈ DDL ਡਾਟਾ ਡੈਫੀਨੇਸ਼ਨ ਲੈਂਗੁਏਜ। ਨੈਕਸਟ DDR ਡਬਲ ਡਾਟਾ ਰੇਟ। ਨੈਕਸਟ DDS ਡਿਜੀਟਲ ਡਾਟਾ ਸਟੋਰੇਜ। ਨੈਕਸਟ ਗੱਲ ਕਰਦੇ ਹਾਂ, ਜੇਕਰ ਕੋਸ਼ਿਸ਼, ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ, ਇਸ ਤਰ੍ਹਾਂ ਜਿਹੜੇ ਨਵੇਂ ਤੋਂ ਨਵੇਂ ਵੀਡੀਓ ਤੁਹਾਨੂੰ ਮਿਲਦੇ ਰਹਿਣਗੇ। ਕੰਪਿਊਟਰ ਦਾ ਜਿਹੜਾ ਪ੍ਰੋਪਰ ਜਿਹੜਾ ਜਿੰਨਾ ਗੌਰਮੈਂਟ ਐਗਜ਼ਾਮ ਦੇ ਵਿੱਚ ਮਟੀਰੀਅਲ ਪੁੱਛਿਆ ਜਾਂਦਾ ਸਾਰਾ ਹੀ ਜਿਹੜਾ ਕਵਰ ਕਰਾ ਦਿੱਤਾ ਜਾਏਗਾ ਲਗਭਗ 20-25 ਲੈਕਚਰਾਂ ਦੇ ਵਿੱਚ। ਅੱਜ 5th ਲੈਕਚਰ ਤੁਹਾਡੇ ਕੋਲ ਹੈਗੇ, ਇਸ ਤੋਂ ਬਾਅਦ ਜਿਹੜੇ MCQ ਕੁਐਸਚਨ ਵੀ ਤੁਹਾਨੂੰ ਮਿਲਣਗੇ, ਔਰ ਬੇਸਿਕ ਜਾਣਕਾਰੀ ਕੰਪਿਊਟਰ ਦੀ ਸਾਰੀ ਮਿਲ ਜਾਏਗੀ। ਐਬਰੀਵੇਸ਼ਨ ਤਾਂ ਇੱਕ ਵੀ ਜਿਹੜੀ ਕਿਤੋਂ ਬਾਹਰ ਨਹੀਂ ਮਿਲੇਗੀ ਤੁਹਾਨੂੰ, ਠੀਕ ਹੈ, ਲਗਭਗ 300 ਦੇ ਪਲੱਸ ਜਿਹੜੀਆਂ ਕਰਾ ਦਿੱਤੀਆਂ ਜਾਣਗੀਆਂ। ਹਾਂਜੀ, ਨੈਕਸਟ ਹੈਗਾ ਸੀ DHCP ਡਾਇਨੇਮਿਕ ਹੋਸਟ ਕੌਨਫੀਗਰੈਂਸ ਪ੍ਰੋਟੋਕੋਲ। ਠੀਕ ਹੈ, ਨੈਕਸਟ ਹੈਗਾ ਇਹ ਸੇਮ ਹੋਏਗਾ, ਰਿਪੀਟ ਹੈਗਾ, ਠੀਕ ਹੈ। ਉਸ ਤੋਂ DHTML ਡਾਇਨੇਮਿਕ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਸ ਦਾ ਹੋਏਗਾ ਡਾਇਨੇਮਿਕ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਨੈਕਸਟ ਹੋਏਗਾ DIMM ਹੋਏਗਾ, ਡਿਊਲ ਇਨ ਲਾਈਨ ਮੈਮਰੀ ਮਡਿਊਲ। ਡਿਊਲ ਇਨ ਲਾਈਨ ਮੈਮਰੀ ਮਡਿਊਲ। ਨੈਕਸਟ ਹੈ DIR ਡਾਇਰੈਕਟਰੀ ਹੋਏਗਾ, ਇਸਦਾ ਮਤਲਬ DIR ਦਾ। ਨੈਕਸਟ ਦੇਖਦੇ ਹਾਂ DIBX ਡਿਜੀਟਲ ਵੀਡੀਓ ਐਕਸਪ੍ਰੈਸ। ਨੈਕਸਟ DLC ਡਾਟਾ ਲਿੰਕ ਕੰਟਰੋਲ। ਨੈਕਸਟ DMA ਡਾਇਰੈਕਟ ਮੈਮਰੀ ਐਕਸੈਸ। ਨੈਕਸਟ ਹੈ DNS ਡੋਮੇਨ ਨੇਮ ਸਿਸਟਮ। ਇਸ ਦਾ ਹੋਏਗਾ ਡੋਮੇਨ ਨੇਮ ਸਿਸਟਮ। ਦੇਖੋ ਹਰ ਵੀਡੀਓ ਜਿਹੜੀ ਹੁਣ ਆ ਰਹੀ ਹੈ ਇੱਕ ਦਿਨ ਲਗਭਗ ਛੱਡ ਕੇ ਆ ਰਹੀ ਹੈ, ਔਰ ਕੰਟੀਨਿਊ ਤਦ ਹੀ ਕਰਾਂਗੇ ਜਦ ਵੀ ਕੋਈ ਗੌਰਮੈਂਟ ਐਗਜ਼ਾਮ ਤੁਹਾਡੇ ਏਮ ਦੇ ਸਾਹਮਣੇ ਹੋਏਗਾ। ਔਰ ਦੇਖ ਸਕਦੇ ਤੁਸੀਂ ਜਿਵੇਂ ਆਪਾਂ ਇਹ ਜਿਹੜੇ ਲੈਕਚਰ ਚਲਾਏ ਸੀ ਔਰ ਬਿਜਲੀ ਵਿਭਾਗ ਦੇ ਵਿੱਚ ਕਲਰਕ ਅਤੇ JEE ਦੀਆਂ ਪੋਸਟਾਂ ਲਈ ਚਲਾਈ ਸੀ, ਉਹਨਾਂ ਦੀ ਡੇਟ ਪੋਸਟਪੋਨ ਕਰਤੀ ਹੈ, ਇਸ ਲਈ ਜਿਹੜਾ ਲੈਕਚਰ ਅਸੀਂ ਥੋੜ੍ਹਾ ਜਿਹਾ ਇੱਕ ਦਿਨ ਛੱਡ ਕੇ ਲੈ ਕੇ ਆ ਰਹੇ ਹਾਂ, ਤਾਂ ਕਿ ਤੁਸੀਂ ਜਦੋਂ ਵੀ ਤੁਹਾਡੇ ਤਿਆਰੀ ਕਰਨ ਦੇ ਵਿੱਚ ਤੁਹਾਨੂੰ ਬੋਰਿੰਗ ਨਾ ਹੋਵੇ, ਕਿਉਂਕਿ ਜਦੋਂ ਏਮ ਤੋਂ ਬਿਨਾਂ ਅਸੀਂ ਕੋਈ ਤਿਆਰੀ ਕਰਦੇ ਹਾਂ ਥੋੜ੍ਹਾ ਜਿਹਾ ਉਹਦੇ ਵਿੱਚ ਬੋਰਿੰਗ ਲੱਗਦਾ, ਪਰ ਫਿਰ ਵੀ ਸਾਨੂੰ ਸੰਘਰਸ਼ ਨਹੀਂ ਛੱਡਣਾ। ਇਹਦਾ ਗੌਰਮੈਂਟ ਦੇ ਜਿੰਨੇ ਵੀ ਇਗਜ਼ਾਮ ਆਉਂਦੇ ਆ ਹਰ ਇੱਕ 'ਚ ਕੰਪਿਊਟਰ ਪੁੱਛਿਆ ਜਾਂਦਾ, ਔਰ ਤੁਹਾਡੇ ਲਈ ਯੂਜਫੁੱਲ ਹੀ ਹੋਏਗਾ। ਠੀਕ ਹੈ, ਜਦੋਂ ਵੀ ਦੁਬਾਰਾ JEE ਔਰ ਕਲਰਕ ਦੇ ਇਗਜ਼ਾਮ ਦਾ ਨੋਟੀਫਿਕੇਸ਼ਨ ਆਏਗਾ ਸਭ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਆਵਾਂਗੇ। ਠੀਕ ਹੈ ਜੀ, ਨੈਕਸਟ ਹੈਗਾ DNS DNS ਦਾ ਹੋਏਗਾ ਡੋਮੇਨ ਨੇਮ ਸਿਸਟਮ। ਨੈਕਸਟ ਹੋਏਗਾ DOM ਡਾਕੂਮੈਂਟ ਓਬਜੈਕਟ ਮਾਡਲ। DOS ਡਿਸਕ ਓਪਰੇਟਿੰਗ ਸਿਸਟਮ। DPI ਡੋਟਸ ਪਰ ਇੰਚ। ਵੀਡੀਓ ਨੂੰ ਪੋਜ਼ ਕਰਕੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਖੁਦ। ਨੈਕਸਟ ਹੈਗਾ DRAM ਡਾਇਨੇਮਿਕ ਰੈਡਮ ਐਕਸੈਸ ਮੈਮਰੀ। ਨੈਕਸਟ ਹੈ DRM ਡਿਜੀਟਲ ਰਾਈਟਸ ਮੈਨੇਜਮੈਂਟ। ਨੈਕਸਟ ਹੈ DSL ਡਿਜੀਟਲ ਸਬਸਕ੍ਰਾਈਬਰ ਲਾਈਨ। ਨੈਕਸਟ ਹੈਗਾ DSLAM ਡਿਜੀਟਲ ਸਬਸਕ੍ਰਾਈਬਰ ਲਾਈਨ ਐਕਸੈਸ ਮਲਟੀਪਲੈਕਸਰ। ਨੈਕਸਟ ਹੈਗਾ DTD ਡਾਕੂਮੈਂਟ ਟਾਈਪ ਡੈਫੀਨੇਸ਼ਨ। ਨੈਕਸਟ ਹੈਗਾ DV ਡਿਜੀਟਲ ਵੀਡੀਓ। DVD ਡਿਜੀਟਲ ਵਰਸਟਾਈਲ ਡਿਸਕ। DVD
डिजिटल वीडियो डिस्क, देखो ऑप्शन तुहानू एक ही होएगी दोनों दे विचों, जिहड़ी होई तुसीं उही टिक करनी आ, दोनों ऑप्शन नहीं आनगियां कदे भी डीवीडी दी एब्रीवेशन च। नैक्सट डीवीडी प्लस आर, डिजिटल वर्सटाइल डिस्क रिकॉर्डेबल। नैक्सट है डीवीडी प्लस आर डबल्यू, डिजिटल वर्सटाइल डिस्क रीराइटेबल। नैक्सट है डीवीडी आर, डिजिटल वर्सटाइल डिस्क रिकॉर्डेबल। ये नैक्सट दोबारा रिपीट हो गया शायद, हाँ जी ये रिपीट हो गया। नैक्सट देखते हैं डीवीडी रैम, डिजिटल वर्सटाइल डिस्क रैडम एक्सेस मेमरी। नैक्सट है डीवीडी आर डबल्यू, डिजिटल वर्सटाइल डिस्क रिवाइटेबल। नैक्सट है क्या DVI, डिजिटल वीडियो इंटरफेस। नैक्सट है DVR, डिजिटल वीडियो रिकॉर्ड। ठीक है जी, आज दा वीडियो इत्थे तक होएगा, और जेकर वधिया लग्या तां प्लीज़ लाइक शेयर जरूर कर दिओ, और जिन्ना तुसी लाइक शेयर करोगे, जिन्ना ही सानू पसंद करोगे, उन्ना ही मोटिवेशन मिलेगा, और असी ज़्यादा तो ज़्यादा वीडियो और ज़्यादा तो ज़्यादा बेहतर पढ़ाने की जी थोड़े स्टडी की कोशिश करांगे, और आसान तो आसान तरीके, सिंपल तो सिंपल तरीके लर्न कराया जाएगा इस चैनल पर। इस तों अलावा पी एस टैट, सी टैट, ऑल ओदर जिन्ने भी एग्जाम होंगे पंजाब लेवल के ज़्यादातर, तो उन्होंने सारे की तैयारी जी तुम्हें इतने मिल जाएगी, और पोस्ट की जी हर एक पंजाब प्राइवेट सैक्टर की पोस्ट हैगी, और चाहे गवर्नमेंट सैक्टर की पोस्ट हैगी, और सब तो पहले जानकारी तेरे तक लेके आने। और एक होर हैगा, क्योंकि जो असी कोई पोस्ट पाने और थंबलिन जो बनाया जाता है, कवर पेज बनाया जाता है, ठीक है, बहुत सारे ये बोलते हैं कमेंट करके कि कह देंगे कि फेक न्यूज़ है, ठीक है, जां तुसी झूठ बोलते हो, ठीक है, तुसी फेक वीडियो बोल, नहीं उस दे विच कुछ भी फेक नहीं हुंदा। और साडा मकसद हुंदा सी जदों देखो कोई एक पोस्ट निकली है पंजाब दे विच, एक पोस्ट निकली है, अगर असी थंबलिन ते और कवर पेज ते लिख दिता एक पोस्ट, ठीक है, उसनों कोई नहीं देखेगा, और किन्नी भी यूजफुल होवे, और बाद दे विच तुसी पछताओगे अगर ताडी उत्थे कोई एलिजिबिलिटी बनती होवे एक पोस्ट दे विच, तुसी सोचोगे एक ही पोस्ट है की वेखनी हैगी है। पर जदों असी थंबलिन और कवर पेज नूं अट्रैक्टिव बना के लगाउने आ ਤਾਂ ਕਿ ਤੁਸੀਂ ਉਸ ਨੂੰ ਵੇਖੋ, ਠੀਕ ਹੈ, ਜਦੋਂ ਤੁਸੀਂ ਵੇਖਦੇ ਹੋ ਤਾਂ ਹੀ ਤੁਹਾਨੂੰ ਪਤਾ ਲੱਗਦਾ। ਅਗਰ ਇੱਕ ਪੋਸਟ ਅਸੀਂ ਲਿਖ ਦਈਏ, ਦੋ ਪੋਸਟਾਂ, ਤਿੰਨ ਪੋਸਟਾਂ, ਠੀਕ ਹੈ, ਨਿਊਜ਼ ਫੇਕ ਨਹੀਂ ਹੁੰਦੀ, ਔਰ ਤੁਸੀਂ ਵੀਡੀਓ ਨੂੰ ਪੂਰਾ ਸੁਣਿਆ ਕਰੋ, ਪੂਰਾ ਸੁਣਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਔਰ ਵੀਡੀਓ ਹੈ ਕੀ ਹੈ। ਤੁਸੀਂ ਪਹਿਲਾਂ ਹੀ ਕਮੈਂਟ ਕਰ ਦਿੰਦੇ ਹੋ ਫੇਕ ਨਿਊਜ਼ ਹੈ, ਫੇਕ ਨਿਊਜ਼ ਹੈ, ਫੇਕ ਨਿਊਜ਼ ਹੈ, ਇੱਦਾਂ ਗੱਲਾਂ ਨਾਲ ਤੁਹਾਡਾ ਨੁਕਸਾਨ ਹੈ, ਔਰ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਨਹੀਂ ਦੇਖੋਗੇ, ਕਿਉਂਕਿ ਕਦੇ ਵੇਰੇ ਇੱਕ ਪੋਸਟ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਕੈਰੀਅਰ ਨੂੰ ਬਦਲ ਸਕਦੀ ਹੈ, ਔਰ ਕਿਸੇ ਦੀ ਐਲੀਜੀਬਿਲਟੀ ਦੇ ਮੁਤਾਬਕ ਉਹ ਹੋ ਸਕਦੀ ਹੈ। ਤਾਂ ਇਸ ਲਈ ਇੱਕ ਇੱਕ ਪੋਸਟ ਵੀ ਤੁਹਾਨੂੰ ਪੰਜਾਬ ਦੀ ਜਿਹੜੀ ਗੌਰਮੈਂਟ ਹੈਗੀ ਹੈ, ਚਾਹੇ ਪ੍ਰਾਈਵੇਟ ਸੈਕਟਰ ਦੀ ਵੀ ਹੈਗੀ ਆ, ਤੁਹਾਡੇ ਲਈ ਲੈ ਕੇ ਆਉਂਦੀ ਹੈ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ, ਟੇਕ ਕੇਅਰ, ਬਾਏ ਬਾਏ, ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ, ਜੇਕਰ ਕੋਸ਼ਿਸ਼ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਕੋਈ। ਥੈਂਕ ਯੂ ਸੋ ਮੱਚ, ਟੇਕ ਕੇਅਰ, ਬਾਏ ਬਾਏ, ਗੁੱਡ ਨਾਈਟ।